ਆਲ ਪੰਜਾਬ ਆਂਗਨਵਾੜੀ ਕਰਮਚਾਰੀ ਯੂਨੀਅਨ ਬਲਾਕ ਗੁਰੂ ਹਰਿ ਸਹਾਏ ਯੂਨੀਅਨ ਦੇ ਸੱਦੇ 'ਤੇ ਵੱਡੀ ਗਿਣਤੀ ਵਿੱਚ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਗੁਰੂ ਹਰਿ ਸਹਾਏ ਵਿਖੇ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ਼ ਅਰਥੀ ਫੂਕ ਮੁਜ਼ਾਹਰਾ ਕੀਤਾ। ਇਸ ਮੌਕੇ ਯੂਨੀਅਨ ਦੀਆਂ ਆਗੂਆਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਉਹਨਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ, ਜਿਸ ਕਰਕੇ ਉਹ ਸੰਘਰਸ਼ ਕਰਨ ਲਈ ਮਜਬੂਰ ਹਨ। ਸਮੂਹ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਦੋਵਾਂ ਸਰਕਾਰਾਂ ਦਾ ਪੁਤਲਾ ਫੂਕਿਆ ਅਤੇ ਉਹਨਾਂ ਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਪੂਰਾ ਕਰਨ ਦੀ ਮੰਗ ਕੀਤੀ। ਇਹ ਜਿਹੜਾ ਅੱਜ ਅਸੀਂ ਇਹ ਮੁਜ਼ਾਹਰਾ ਕਰ ਰਹੇ ਹਾਂ ਸਰਕਾਰ ਵਿਰੁੱਧ, ਇਹ ਸਾਡਾ ਪਿਛਲੇ ਅਕਤੂਬਰ 2018 ਤੋਂ ਲੈ ਕੇ ਸਾਡਾ ਜਿਹੜਾ ਸੈਂਟਰ ਸਰਕਾਰ ਨੇ 1500 ਵਰਕਰ ਅਤੇ 750 ਦੇ ਹਿਸਾਬ ਨਾਲ ਹੈਲਪਰ ਦਾ ਵਧਾਇਆ ਸੀ, ਲੇਕਿਨ ਇਹ ਪੰਜਾਬ ਸਰਕਾਰ ਨੇ ਉਹਦੇ ਵਿੱਚੋਂ 600 ਰੁਪਈਆ ਕੱਟ ਕੇ 900 ਦੇ ਹਿਸਾਬ ਨਾਲ ਵਰਕਰ ਨੂੰ ਅਤੇ 450 ਦੇ ਹਿਸਾਬ ਨਾਲ ਹੈਲਪਰ ਨੂੰ ਦੇ ਰਹੇ ਆ, ਪਰ ਲੇਕਿਨ ਜਿਹੜਾ 600 ਅਤੇ 300 ਦੇ ਹਿਸਾਬ ਨਾਲ ਸਾਡਾ ਜਿਹੜਾ ਅਜੇ ਨੱਪੀ ਬੈਠੀ ਸਰਕਾਰ, ਇਸ ਪੂਰਾ ਸਾਲ ਬੀਤਣ ਦੇ ਬਾਵਜੂਦ ਵੀ ਇਹ ਅੰਨੀ ਬੋਲੀ ਸਰਕਾਰ ਗੂੰਗੀ ਜਿਹੜੀ ਇਹ ਕੁਛ ਨਹੀਂ ਸੁਣ ਰਹੀ। ਅਸੀਂ ਵਾਰ ਵਾਰ ਮੀਟਿੰਗਾਂ ਕਰਕੇ ਵੀ ਇਹਨਾਂ ਨੂੰ ਦੱਸਿਆ ਵੀ ਸਾਡਾ ਇਹ ਬਕਾਇਆ ਪਾਇਆ, ਲੇਕਿਨ ਇਹਨਾਂ ਨੇ ਇੱਕ ਵੀ ਨਹੀਂ ਸੁਣੀ। ਇਸ ਕਰਕੇ ਇਹ ਅਸੀਂ ਅੱਜ ਜਿਹੜਾ ਇਹ ਮੁਜ਼ਾਹਰਾ ਕਰ ਰਹੇ ਹਾਂ, ਇਹਨਾਂ ਦੇ ਤੱਕ ਆਵਾਜ਼ ਪਹੁੰਚਾ ਰਹੇ ਹਾਂ ਵੀ ਜੇ ਸਾਡੀ ਮੰਗਾਂ ਨਾ ਪੂਰੀ ਜਲਦੀ ਹੋਈ ਤਾਂ ਅਸੀਂ ਇਸ ਤੋਂ ਬਾਅਦ ਜਿਹੜਾ 19-10 ਨੂੰ ਅਸੀਂ ਜਿਹੜਾ ਜਲਾਲਾਬਾਦ ਵਿੱਚ ਬਹੁਤ ਵਿਸ਼ਾਲ ਪੱਧਰ 'ਤੇ ਵੱਡੀ ਰੈਲੀ ਕਰ ਰਹੇ ਹਾਂ, ਜਿੱਥੇ ਚੋਣਾਂ ਅੱਜ ਕੱਲ੍ਹ ਉੱਥੇ ਅਸੀਂ ਇਹਨਾਂ ਦਾ ਖੂਬ ਜਿਹੜੀ ਆ ਕਿ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਬਾਰੇ ਲੋਕਾਂ ਨੂੰ ਦੱਸਾਂਗੇ ਵੀ ਇਹ ਕੀ ਕਰ ਰਹੀ ਆ। ਹਾਂਜੀ, ਪੁਤਲਾ ਵੀ ਸਾੜ ਰਹੇ ਹਾਂ, ਦੋਨਾਂ ਸਰਕਾਰਾਂ ਦੇ ਸਾੜ ਰਹੇ ਹਾਂ, ਕਿਉਂਕਿ ਉਹਨਾਂ ਨੇ ਵੀ ਜੇ 15 ਸਾਲਾਂ ਬਾਅਦ ਸਾਡਾ ਵਧਾਇਆ ਤਾਂ ਕੀ 1500 ਰੁਪਈਆ ਵਧਾਇਆ, ਇੰਨੀ ਮਹਿੰਗਾਈ ਦੇ ਵਿੱਚ 1500 ਰੁਪਈਆ ਬਹੁਤ ਘੱਟ ਆ। ਅਸੀਂ ਕਹਿ ਰਹੇ ਹਾਂ ਕਿ ਸਾਨੂੰ ਰੈਗੂਲਰ ਕੀਤਾ ਜਾਵੇ, ਜਿੰਨੀ ਦੇਰ ਰੈਗੂਲਰ ਨਹੀਂ ਕਰਦੇ ਉੰਨੀ ਦੇਰ ਸਾਡਾ ਮਿਨੀਮਮ 24,000 ਵਰਕਰ ਨੂੰ ਅਤੇ 18,000 ਹੈਲਪਰ ਨੂੰ ਦਿੱਤਾ ਜਾਵੇ, ਇਹ ਅਸੀਂ ਸਰਕਾਰ ਤੋਂ ਮੰਗ ਕਰ ਰਹੇ ਹਾਂ।